ਬੁਲਟ ਸਵਾਰ ਨੌਜਵਾਨ ਤੇ ਚੜ ਗਈਆਂ ਦੋ ਗੱਡੀਆਂ ਤੋੜ ਦਿੱਤਾ ਲੱਖਾਂ ਦਾ ਮਹਿੰਗਾ ਬੁਲਟ ਮੌਕੇ ਤੇ ਗੱਡੀਆਂ ਦੇ ਵੀ ਖਿੱਲਰ ਗਏ ਪੁਰਜ਼ੇ ਤਾਂ ਦੱਸਦੀ ਹੈ ਕਿ ਦੋ ਗੱਡੀਆਂ ਦੇ ਵੱਲੋਂ ਇੱਕ ਬੁਲਟ ਨੂੰ ਟੱਕਰ ਮਾਰੀ ਗਈ ਹੈ ਜਿਸ ਤੋਂ ਬਾਅਦ ਬੁਲਟ ਕਾਫੀ ਨੁਕਸਾਨਿਆ ਜਾਂਦਾ ਹੈ ਤਾਂ ਟੱਕਰ ਦੇ ਨਾਲ ਗੱਡੀਆਂ ਦੇ ਪੁਰਜ਼ੇ ਵੀ ਵਿਖਰ ਜਾਂਦੇ ਨੇ ਤਾਂ ਇਹ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਵੇਖ ਸਕਦੇ ਹੋ ਕਿ ਕਿੰਨਾ ਭਿਆਨਕ ਇਹ ਹਾਦਸਾ ਹੋਇਆ ਸੀ ਜਿਸ ਦੇ ਵਿੱਚ ਦੋ ਗੱਡੀਆਂ ਦੇ ਵੱਲੋਂ ਇੱਕ ਬੁਲਟ ਨੂੰ ਟੱਕਰ ਮਾਰੀ ਜਾਂਦੀ ਹੈ ਜਿਸ ਤੋਂ ਬਾਅਦ ਮੌਕੇ ਤੇ ਪੁਲਿਸ ਵੀ ਪਹੁੰਚ ਜਾਂਦੀ ਹੈ ਤਾਂ ਦੱਸਦੇ ਕਿ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਜਿੱਥੇ ਰੋਂਗ ਸਾਈਡ ਤੋਂ ਆ ਰਹੀਆਂ ਦੋ ਗੱਡੀਆਂ ਨੇ ਇੱਕ ਬੁਲਟ ਨੂੰ ਭਿਆਨਕ ਟੱਕਰ ਮਾਰੀ ਜਿਸ ਕਾਰਨ ਬੁਲਟ ਸਵਾਰ ਨੌਜਵਾਨ ਗੰਭੀਰ ਜ਼ਖਮੀ ਹੋ ਜਾਂਦਾ ਹੈ ਜਿਸ ਨੂੰ ਕਿ ਤੁਰੰਤ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੱਤਾ ਜਾਂਦਾ ਹੈ ਤਾਂ ਦੱਸ ਦਈਏ ਕਿ ਇਸ ਹਾਦਸੇ ਤੋਂ ਬਾਅਦ ਮੌਕੇ ਤੇ ਪੁਲਿਸ ਵੀ ਪਹੁੰਚਦੀ ਆ ਤੇ ਪੁਲਿਸ ਦੇ ਵੱਲੋਂ ਹੁਣ ਤਿੰਨੇ ਵਾਹਨਾਂ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਗਿਆ ਤਾਂ ਇਹ ਦੋ ਗੱਡੀਆਂ ਸੀ ਜਿਨ੍ਹਾਂ ਦੇ ਵੱਲੋਂ ਇੱਕ ਬੁਲਟ ਨੂੰ ਭਿਆਨਕ ਟੱਕਰ ਮਾਰੀ ਗਈ ਆ ਤਾਂ ਟੱਕਰ ਦੇ ਕਾਰਨ ਗੱਡੀਆਂ ਵੀ ਕਾਫੀ ਨੁਕਸਾਨੀਆਂ ਗਈਆਂ ਨੇ ਤੇ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਵੇਖ ਸਕਦੇ ਹੋ ਕਿਵੇਂ ਇਹਨਾਂ ਗੱਡੀਆਂ ਦੇ ਵੀ ਪੋਰ ਜੇ ਅਲੱਗ ਹੋ ਗਏ ਨੇ ਤਾਂ ਕਾਫੀ ਭਾਰੀ ਨੁਕਸਾਨ ਇਨਾ ਗੱਡੀਆਂ ਦਾ ਵੀ ਹੋਇਆ ਜਿੱਥੇ ਬੁਲਟ ਦਾ ਵੀ ਭਾਰੀ ਨੁਕਸਾਨ ਹੋ ਗਿਆ ਤਾਂ ਇਸ ਦੇ ਵਿੱਚ ਇੱਕ ਨੌਜਵਾਨ ਗੰਭੀਰ ਜ਼ਖਮੀ ਹੈ ਜਿਸ ਨੂੰ ਕੇ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੱਤਾ ਗਿਆ ਆਪਣੇ ਉਸ ਸਾਰ ਤੋਂ ਟੂਰਨਾਮਨ ਚੌਕ ਇੱਥੇ ਐਕਸੀਡੈਂਟ ਹੋਇਆ ਦੋ ਗੱਡੀਆਂ ਦਾ ਆਈ 20 ਤੇ ਬਾਕਸ ਵੈਗਨ ਆ ਰੋਮ ਸੜਕ ਤੋਂ ਆ ਰਹੀਆਂ ਤੇ ਉਹ ਬੁਲਟ ਜਿਹੜਾ ਮੋਟਰਸਾਈਕਲ ਹੈ ਆਪ ਕੋ ਹੋਰ ਥੱਲੇ ਆ ਗਿਆ ਬੁਲਟ ਵਾਲੇ ਦੇ ਇੰਜਰੀਡ ਦਾ ਮੌਕੇ ਤੇ ਹੈ ਜੰਮੇ ਨਕਸਾਨ ਹੋਇਆ ਬੁਲਟ ਮੋਟਰਸਾਈਕਲ ਵਾਲੇ ਦੇ ਜਿਹੜਾ ਸਿਰ ਦੇ ਵਿੱਚ ਨਜੜੇ ਹੋ ਗਏ ਬਾਕੀ ਕੁਝ ਪਾਜਾ ਕਾਰ ਵਾਈ ਕਰ ਰਹੇ ਨੇ ਤੇ ਕੈਮਰੇ ਜਿਹੜਾ ਉਹ ਦੇਖਣਾ ਕਿ ਜੇ ਕਿਹੜਾ ਕਸੂਰ ਉਹਦੇ ਸਾਹਮਣੇ ਮੌਕੇ ਤੇ ਕਾਰ ਵਾਈ ਬੁਲਟ ਸਵਾਰ ਨੌਜਵਾਨ ਤੇ ਚੜ ਗਈਆਂ ਦੋ ਗੱਡੀਆਂ ਤੋੜ ਦਿੱਤਾ ਲੱਖਾਂ ਦਾ ਮਹਿੰਗਾ ਬੁਲਟ ਮੌਕੇ ਤੇ ਗੱਡੀਆਂ ਦੇ ਵੀ ਖਿੱਲਰ ਗਏ ਪੁਰਜ਼ੇ ਤਾਂ ਦੱਸਦੇ ਕਿ ਦੋ ਗੱਡੀਆਂ ਦੇ ਵੱਲੋਂ ਇੱਕ ਬੁਲਟ ਨੂੰ ਟੱਕਰ ਮਾਰੀ ਗਈ ਹੈ ਜਿਸ ਤੋਂ ਬਾਅਦ ਬੁਲਟ ਕਾਫੀ ਨੁਕਸਾਨਿਆ ਜਾਂਦਾ ਹੈ ਤਾਂ ਟੱਕਰ ਦੇ ਨਾਲ ਗੱਡੀਆਂ ਦੇ ਪੁਰਜ਼ੇ ਵੀ ਵਿਖਰ ਜਾਂਦੇ ਨੇ ਤਾਂ ਇਹ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਵੇਖ ਸਕਦੇ ਹੋ ਕਿ ਕਿੰਨਾ ਭਿਆਨਕ ਇਹ ਹਾਦਸਾ ਹੋਇਆ ਸੀ ਜਿਸ ਦੇ ਵਿੱਚ ਦੋ ਗੱਡੀਆਂ ਦੇ ਵੱਲੋਂ ਇੱਕ ਬੁਲਟ ਨੂੰ ਟੱਕਰ ਮਾਰੀ ਜਾਂਦੀ ਹੈ ਜਿਸ ਤੋਂ ਬਾਅਦ ਮੌਕੇ ਤੇ ਪੁਲਿਸ ਵੀ ਪਹੁੰਚ ਜਾਂਦੀ ਹੈ ਤਾਂ ਦੱਸਦੇ ਕਿ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਜਿੱਥੇ ਰੋਂਗ ਸਾਈਡ ਤੋਂ ਆ ਰਹੀਆਂ ਦੋ ਗੱਡੀਆਂ ਨੇ ਇੱਕ ਬੁਲਟ ਨੂੰ ਭਿਆਨਕ ਟੱਕਰ ਜਿਸ ਕਾਰਨ ਬੁਲਟ ਸਵਾਰ ਨੌਜਵਾਨ ਗੰਭੀਰ ਜ਼ਖਮੀ ਹੋ ਜਾਂਦਾ ਹੈ ਜਿਸ ਨੂੰ ਕਿ ਤੁਰੰਤ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੱਤਾ ਜਾਂਦਾ ਹੈ ਤਾਂ ਦੱਸ ਦਈਏ ਕਿ ਇਸ ਹਾਦਸੇ ਤੋਂ ਬਾਅਦ ਮੌਕੇ ਤੇ ਪੁਲਿਸ ਵੀ ਪਹੁੰਚਦੀ ਆਇਆ ਤੇ ਪੁਲਿਸ ਦੇ ਵੱਲੋਂ ਹੁਣ ਤਿੰਨੇ ਵਾਹਨਾਂ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਗਿਆ ਤਾਂ ਇਹ ਦੋ ਗੱਡੀਆਂ ਸੀ ਜਿਨ੍ਹਾਂ ਦੇ ਵੱਲੋਂ ਇੱਕ ਬੁਲਟ ਨੂੰ ਭਿਆਨਕ ਟੱਕਰ ਮਾਰੀ ਗਈ ਆ ਤਾਂ ਟੱਕਰ ਦੇ ਕਾਰਨ ਗੱਡੀਆਂ ਵੀ ਕਾਫੀ ਨੁਕਸਾਨੀਆਂ ਗਈਆਂ ਨੇ ਤੇ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਵੇਖ ਸਕਦੇ ਹੋ ਕਿਵੇਂ ਇਹਨਾਂ ਗੱਡੀਆਂ ਦੇ ਵੀ ਪੋਰ ਜੇ ਅਲੱਗ ਹੋ ਗਏ ਨੇ ਤਾਂ ਕਾਫੀ ਭਾਰੀ ਨੁਕਸਾਨ ਇਨਾ ਗੱਡੀਆਂ ਦਾ ਵੀ ਹੋਇਆ ਜਿੱਥੇ ਬੁਲਟ ਦਾ ਵੀ ਭਾਰੀ ਨੁਕਸਾਨ ਹੋ ਗਿਆ ਤਾਂ ਇਸ ਦੇ ਵਿੱਚ ਇੱਕ ਨੌਜਵਾਨ ਗੰਭੀਰ ਜ਼ਖਮੀ ਹੈ ਜਿਸ ਨੂੰ ਕੇ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੱਤਾ ਗਿਆ ਆਪਣੇ ਉਸ ਸਥਾਨ ਤੋਂ ਟੂਰਨਾਮਨ ਚੌਕ ਇੱਥੇ ਐਕਸੀਡੈਂਟ ਹੋਇਆ ਦੋ ਗੱਡੀਆਂ ਦਾ ਆਈ 20 ਤੇ ਬਾਕਸ ਵੈਗਨ ਆ ਰੋਮ ਸੜਕ ਤੋਂ ਆ ਰਹੀਆਂ ਤੇ ਉਹ ਬੁਲਟ ਜਿਹੜਾ ਮੋਟਰਸਾਈਕਲ ਹੈ ਆਪ ਕੋ ਬਹੁਤ ਥੱਲੇ ਆ ਗਿਆ ਬੁਲਟ ਵਾਲੇ ਦੇ ਇੰਜਰੀਡ ਦਾ ਮੌਕੇ ਤੇ ਹੈ ਜੋ ਮੀ ਨੁਕਸਾਨੀ ਹੋਇਆ ਬੁਲੱਡ ਮੋਟਰਸਾਈਕਲ ਵਾਲੇ ਦੇ ਜਿਹੜੇ ਸਿਰ ਦੇ ਵਿੱਚ ਨੇ ਜਿਹੜੇ ਉਹ ਬਾਕੀ ਕੁਝ ਨਹੀਂ ਹੋਇਆ ਸਲਾਮ ਵਾਲੇ ਕਾਰ ਵਾਈ ਕਰ ਰਹੇ ਨੇ ਜਿਹੜੇ ਕੈਮਰੇ ਜਿਹੜੇ ਉਹ ਦੇਖਾਂਗੇ ਦੇ ਕੇ ਦਾ ਖੂਰਾ ਉਹਦੇ ਸਾਹਮਣੇ ਮੌਕੇ ਦੇ ਵਿੱਚ ਕਾਰ ਵਾਈ ਕਰ